अमरीका जाने वाले चाहवाना दे ले वड्डी खुशखबरी अमरीका दे रहा है तुहानू हुण तड़ातड़ वीज़े। अगर तुसी भी अमरीका जाने का सुपना लिया है ते हुण तुहाडा सुपना जरूर होवेगा पूरा। सत श्री अकाल, तुसीं देख रहे हो डेली पोस्ट पंजाबी, मैं हां सुनैना। अमरीका जाण वाले चाहवाना दे लई वड्डी खुशखबरी है क्योंकि अमरीका दे वल्लों हुण बंपर वीज़े दित्ते जाणगे जो कि वीज़े जिहड़े आसानी दे नाल मिलणगे। तुहानूं पता है कि अगे H1B1 वीज़े मिलदे सी ते इस दे राहीं जिहड़ा हाई स्किल दा जिहड़ा व्यक्ति है इमीग्रेशन है उही जिहड़ा अमरीका जांदा सी ते उत्थे जाके सैटल हुंदा सी ते हुण अमरीका दे इतिहास दे विच अजिहा पहली वार होया कि हुण बंपर वीज़े दित्ते जा रहे ने जो कि आसानी दे नाल जिहड़े आ इह वीज़े मिलणगे। दस दिए कि H2B कैटेगरी दे वीज़े दित्ते जा रहे ने जो कि नॉन एग्रीकल्चर नॉन स्किल, चाहे तुसीं कारपेंटर दा काम करदे हो जां किसे होर तरह दा काम करदे हो ते तुसीं वी हुण अमेरिका जा सकते हो। सो सब नूं पता है कि भारत जिहड़े अमेरिका जाणदे काफ़ी चाहवान हुंदे ने ते जदों अजिहे वीज़े निकलदे ने ते अजिहे वीज़ियां दी लगातार उडीक करदे ने ते इह खबर सुन के हुण कितना किते उन्हां ਭਾਰਤੀਆਂ ਦੇ ਚਿਹਰੇ ਤੇ ਉੱਤੇ ਖੁਸ਼ੀ ਛਾਵੇਗੀ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਹੁਣ ਅਮਰੀਕਾ ਦੇ ਵੀਜ਼ੇ ਜਿਹੜੇ ਆ ਆਸਾਨੀ ਦੇ ਨਾਲ ਪ੍ਰਾਪਤ ਹੁੰਦੇ ਨੇ। ਅੱਗੇ ਟ੍ਰੈਂਡ ਹੁੰਦਾ ਸੀ ਕਿ ਦੁਆਬਾ ਦੇ ਲੋਕ ਜਿਹੜੇ ਨੇ ਆ ਜ਼ਿਆਦਾਤਰ ਵਿਦੇਸ਼ਾਂ ਦੇ ਵਿੱਚ ਜਾ ਕੇ ਸੈਟਲ ਹੁੰਦੇ ਨੇ, ਉੱਥੇ ਜਾ ਕੇ ਆਪਣਾ ਚੰਗਾ ਕਾਰੋਬਾਰ ਕਰਦੇ ਨੇ, ਪਰ ਅਜਿਹੇ ਦੇ ਵਿੱਚ ਹੁਣ ਮਾਝਾ ਮਾਲਵਾ ਦੇ ਲੋਕ ਵੀ ਜਿਹੜੇ ਆ ਬਾਹਰ ਜਾਣਾ ਪਸੰਦ ਕਰਦੇ ਨੇ। ਪਰ ਸਭ ਤੋਂ ਜ਼ਿਆਦਾ ਇਸ ਦਾ ਫਾਇਦਾ ਜਿਹੜਾ ਭਾਰਤੀਆਂ ਨੂੰ ਹੋਵੇਗਾ ਕਿਉਂਕਿ ਲੰਬੇ ਸਮੇਂ ਤੋਂ ਭਾਰਤੀ ਜਿਹੜੇ ਆ ਉਡੀਕ ਕਰ ਰਹੇ ਸੀ H2B ਜਿਹੜੇ ਵੀਜ਼ੇ ਕਾਫੀ ਸਮੇਂ ਬਾਅਦ ਜਿਹੜੇ ਕੱਢੇ ਗਏ। ਕਿਹਾ ਜਾ ਰਿਹਾ ਕਿ ਇਤਿਹਾਸ ਦੇ ਵਿੱਚ ਅਜਿਹਾ ਪਹਿਲੀ ਵਾਰ ਅਮਰੀਕਾ ਦੇ ਵੱਲੋਂ ਕੀਤਾ ਗਿਆ ਕਿ ਅਜਿਹੀ ਕੈਟਾਗਰੀ ਦੇ ਵੀਜ਼ੇ ਕੱਢੇ ਗਏ ਜੋ ਕਿ ਕੋਈ ਵੀ ਇਮੀਗ੍ਰੇਸ਼ਨ ਕੋਈ ਕਿਸੇ ਤਰ੍ਹਾਂ ਦਾ ਕੰਮ ਕਰਦਾ ਚਾਹੇ ਉਹ ਹਾਇਰ ਸਕਿੱਲ ਦਾ ਵਿਅਕਤੀ ਨਹੀਂ ਹੈ, ਸੋ ਹੁਣ ਉਹ ਵੀ ਜਿਹੜਾ ਆ ਵਿਅਕਤੀ ਆ ਅਮਰੀਕਾ ਦੇ ਵਿੱਚ ਜਾ ਕੇ ਸੈਟਲ ਹੋ ਸਕਦਾ ਹੈ। ਸੋ ਦੱਸ ਦਈਏ ਕਿ ਇਹ ਸਟੈਪ ਕਿਉਂ ਜਿਹੜਾ ਅਮਰੀਕਾ ਦੇ ਵੱਲੋਂ ਚੁੱਕਿਆ ਗਿਆ, ਦੱਸ ਦਈਏ ਕਿ ਮਾਰਕੀਟ ਨੂੰ ਹਲਾਰਾ ਦੇਣ ਦੇ ਲਈ ਇਹ ਅਮਰੀਕਾ ਦੇ ਵੱਲੋਂ ਕਦਮ ਚੁੱਕਿਆ ਗਿਆ। ਕਿਹਾ ਜਾ ਰਿਹਾ ਕਿ 64,716 ਦੇ ਕਰੀਬ ਜਿਹੜੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀਜ਼ੇ ਦਿੱਤੇ ਜਾਣਗੇ। ਹੋਮਲੈਂਡ ਸਿਕਿਉਰਟੀ ਦੇ ਸਕੱਤਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਵਿਭਾਗ ਪਹਿਲਾਂ ਨਾਲੋਂ ਕਿਤੇ ਵੱਧ ਪੂਰਕ H2B ਵੀਜ਼ਾ ਉਪਲਬਧ ਕਰਵਾ ਰਿਹਾ ਹੈ। ਇਹ ਯਕੀਨੀ ਬਣਾਉਣ ਲਈ ਕਿ ਅਮਰੀਕੀ ਕਾਰੋਬਾਰ ਸੀਜ਼ਨ ਦੌਰਾਨ ਕਾਮਿਆਂ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਇਹ ਵੀਜ਼ੇ ਗੈਰ ਨਾਗਰਿਕਾਂ ਲਈ ਅਮਰੀਕਾ ਦੇ ਵਿੱਚ ਇੱਕ ਸੁਰੱਖਿਅਤ ਅਤੇ ਕਾਨੂੰਨੀ ਰਸਤਾ ਪ੍ਰਦਾਨ ਕਰਨਗੇ। ਇੱਥੇ ਦੱਸ ਦਈਏ ਕਿ H2B ਵੀਜ਼ਾ ਮੌਸਮੀ ਅਸਥਾਈ ਨੌਕਰੀਆਂ ਲਈ ਜਾਰੀ ਕੀਤੇ ਜਾਂਦੇ ਨੇ ਜੋ ਰੁਜ਼ਗਾਰ ਦਾਤਾਵਾਂ ਨੂੰ ਅਮਰੀਕਾ ਦੇ ਵਿੱਚ ਕਾਮਿਆਂ ਦੀ ਕਮੀ ਨੂੰ ਪੂਰਾ ਕਰਨ ਦੀ ਇਜਾਜ਼ਤ ਦਿੰਦੇ। ਵੀਜ਼ਾ ਅਰਜ਼ੀ ਸ਼ੁਰੂ ਕਰਨ ਤੋਂ ਪਹਿਲਾਂ ਰੁਜ਼ਗਾਰ ਦਾਤਾ ਨੂੰ DOL ਪ੍ਰਮਾਣੀਕਰਨ ਪ੍ਰਾਪਤ ਕਰਨਾ ਹੋਵੇਗਾ। H2B ਵੀਜ਼ਾ ਵੰਡ ਵਿੱਚ ਮੋਟੇ ਤੌਰ ਤੇ 44,700 ਵੀਜ਼ੇ ਸ਼ਾਮਿਲ ਹੁੰਦੇ ਨੇ ਜੋ ਵਾਪਸ ਪਰਤਣ ਵਾਲੇ ਕਰਮਚਾਰੀਆਂ ਦੇ ਲਈ ਉਪਲਬਧ ਹੁੰਦੇ ਨੇ ਜਿਨ੍ਹਾਂ ਨੂੰ H2B ਵੀਜ਼ਾ ਪ੍ਰਾਪਤ ਹੋਇਆ ਸੀ ਜਾਂ ਪਿਛਲੇ 3 ਵਿੱਤੀ ਸਾਲਾਂ ਵਿੱਚੋਂ ਇੱਕ ਦੌਰਾਨ H2B ਦਰਜਾ ਦਿੱਤਾ ਗਿਆ ਸੀ। ਇਹ ਵੀ ਦੱਸ ਦਈਏ ਕਿ ਸਾਲ 2023 ਦੀ ਪਹਿਲੀ ਛਮਾਹੀ ਲਈ ਕੌਮੀਅਤ ਦੇ ਦੇਸ਼ ਦੀ ਪ੍ਰਵਾਹ ਕੀਤੇ ਬਿਨਾਂ ਵਾਪਸ ਆਉਣ ਵਾਲੇ ਕਾਮਿਆਂ ਲਈ 18,216 ਤੁਰੰਤ ਉਪਲਬਧ ਵੀਜ਼ੇ ਹਨ। ਵਿੱਤੀ ਸਾਲ 2023 ਦੇ ਸ਼ੁਰੂਆਤੀ ਦੂਜੇ ਅੱਧ ਲਈ ਯਾਨੀ ਕਿ 1 ਅਪ੍ਰੈਲ ਤੋਂ 14 ਮਈ ਤੱਕ ਕੌਮੀਅਤ ਦੇ ਦੇਸ਼ ਦੀ ਪ੍ਰਵਾਹ ਕੀਤੇ ਬਿਨਾਂ ਵਾਪਸ ਆਉਣ ਵਾਲੇ ਕਾਮਿਆਂ ਲਈ 16,500 ਵੀਜ਼ੇ ਸੀਮਿਤ ਨੇ। ਵਿੱਤੀ ਸਾਲ 2023 ਦੇ ਦੂਜੇ ਅੱਧ ਦੇ ਲਈ ਕੌਮੀਅਤ ਦੇ ਕਿਸੇ ਵੀ ਦੇਸ਼ ਦੀ ਪ੍ਰਵਾਹ ਕੀਤੇ ਬਿਨਾਂ ਵਾਪਸ ਆਉਣ ਵਾਲੇ ਕਾਮਿਆਂ ਲਈ 10,000 ਵੀਜ਼ੇ ਸੀਮਿਤ ਨੇ, ਜਿਸ ਲਈ ਰੁਜ਼ਗਾਰ ਦਾਤਾਵਾਂ ਨੂੰ ਦੂਜੀ ਛਮਾਹੀ ਦੀ ਕਾਨੂੰਨੀ ਸੀਮਾ ਪੂਰੀ ਹੋਣ ਤੋਂ 45 ਦਿਨਾਂ ਤੋਂ ਪਹਿਲਾਂ ਪਟੀਸ਼ਨਾਂ ਦਾਇਰ ਕਰਨੀਆਂ ਚਾਹੀਦੀਆਂ ਨੇ। ਇਹ ਪਹਿਲੀ ਵਾਰ ਹੈ ਜਦੋਂ ਵਿਭਾਗਾਂ ਨੇ ਪੂਰੇ ਵਿੱਤੀ ਸਾਲ ਦੌਰਾਨ ਕਈ ਅਲੋਟਮੈਂਟਾਂ ਲਈ H2B ਸਪਲੀਮੈਂਟ ਵੀਜ਼ਾ ਉਪਲਬਧ ਕਰਵਾਉਣ ਦੇ ਲਈ ਇੱਕ ਨਿਯਮ ਜਾਰੀ ਕੀਤਾ ਹੈ ਜਿਸ ਦੇ ਵਿੱਚ ਦੂਜੇ ਅੱਧ ਲਈ ਅਲੋਟਮੈਂਟ ਵੀ ਸ਼ਾਮਿਲ ਨੇ। ਅਸਥਾਈ ਅੰਤਮ ਨਿਯਮ ਵਿੱਚ US ਅਤੇ H2B ਕਰਮਚਾਰੀਆਂ ਨੂੰ ਸ਼ੋਸ਼ਣ ਅਤੇ ਦੁਰਵਿਵਹਾਰ ਤੋਂ ਬਚਾਉਣ ਦੇ ਲਈ ਕਈ ਪ੍ਰਬੰਧ ਕੀਤੇ ਗਏ ਨੇ। ਹੋਰ ਅਪਡੇਟਸ ਲਈ ਦੇਖਦੇ ਰਹੋ ਡੇਲੀ ਪੋਸਟ ਪੰਜਾਬੀ। ਧੰਨਵਾਦ।